वर्ल्ड कप दियां उम्मीदां। हां बब्बू अगे चुप कर गए। ओए बोलना, ओदे हाथ चू कैच ना छुट जाए। मैं उम्मीदां लाउण दी गल कीती सी ते इहने छित्तर लाण वाला काम कीता। बब्बू इस शॉट नूं की कहिंदे आ? इहनूं कहिंदे आ सिलेक्ट करन वाले दा फिट है मूं। यार इहनूं कदों खेडना आएगा? जदों सैल्फियां लैण दा रवाज मुक्या। ऐ लै जे माड़ा जिहा स्कोर तुरिया ते अगले ने अपना खोता तोड़ लिया। यार बब्बू पाकिस्तान कोल बंदूकां ते बड़ियां आला ने। आहो जिहड़ियां आपने गीटे च चलदियां ने। बब्बू जे छिका हो जांदा ते कोई नहीं, अगली गेंद ते बोल्ड हो जांदा। चल यार बब्बू ती ते कर गई। ती नहीं, मैच ती ते कर गई। लै बई उम्र ते मैनूं बड़ी आस सी। इहदे अगे कोई पानी दा गलास नहीं रखदा, तू आस रखी है। मैनूं समझ नहीं आउंदी गेंद किथे बल्ला किथे। एक वारी नवाज शरीफ नूं नोटिस लैण दे वेखी फिर जांदे किथे। यार बब्बू हले ते बड़ा स्कोर पिया। हाँ ते इन्हां नूं की मोची खेल ते अफरीदी नूं लगने है। चल अफरीदी भी आ गई। एल तेरा अफरीदी सारे इंडिया दी दीदी। ओए आ कदों अपनी जिम्मेदारी पूरी करेगा? इहनूं जदों टीम दे पांडी दी जगह ते रखिया बस बॉलर चकमा दे गया। और इहनूं गेंद ते देसी घिओ ला के देंदा। यार बब्बू हुण बाकी स्कोर कौन करेगा? कोई नहीं, इंतखाब आलम पिछे पैड सिर ते बन के खलोता। ਲੈ ਬੱਬੂ ਲਤੀਫ ਦੀ 50। ਉਧਰ ਵਿਕਟਾਂ ਵੀ 50-50। ਯਾਰ ਇੰਨੀਆਂ ਗੇਂਦਾਂ ਖੇਡ ਕੇ ਵੀ ਇਹਨੂੰ ਗੇਂਦ ਦੀ ਸਮਝ ਨਹੀਂ ਆਈ। ਉਹਨੂੰ ਯਾਦ ਹੋਣ ਆਇਆ ਕਿ ਮੈਂ ਪਾਕਿਸਤਾਨ ਨਾਲ ਖੇਡਣ ਡਿਆ। ਸਕੋਰ ਤਾਂ ਕਰ ਗਿਆ ਮਗਰ ਸਲੋ ਕਰ ਗਿਆ। ਤੁਮੇ ਇੱਕ ਮਿਸਬਾ ਮਾਰੋਗੇ ਹਰ ਘਰ ਸੇ ਮਿਸਬਾ ਨਿਕਲੇਗਾ। ਬੱਬੂ ਇਮਾਦ ਆਇਆ। ਆਹੋ ਆਖਰੀ ਮੈਚ ਚ ਇਹਨਾਂ ਨੇ ਕੁਰਬਾਨੀ ਦਾ ਬੱਕਰਾ ਪਾਇਆ। ਇਹਨੇ ਤਾਂ ਯਾਰ ਬੜਾ ਹੀ ਆਸਾਨ ਕੈਚ ਦਿੱਤਾ। ਹਾਂਜੀ ਬਜ਼ੁਰਗ ਕਹਿੰਦੇ ਸੀ ਨਾ ਕਿ ਮੌਤ ਆਵੇ ਤੇ ਆਸਾਨ ਹੀ ਆਵੇ। ਬੱਬੂ ਕੀ ਲੱਗਦਾ ਮੈਚ ਕਿਹੜੇ ਪਾਸੇ ਜਾ ਰਿਹਾ? ਬੇਟਾ ਮੈਚ ਤੇ ਕਿਥੇ ਨਹੀਂ ਜਾ ਰਿਹਾ, ਬਾਂਦਰ ਸੋਹਰੇ ਜਾ ਰਿਹਾ। ਅੱਜ ਨਹੀਂ ਸਰਫਰਾਜ਼ ਧੋਖਾ ਦਿੰਦਾ। ਜਦ ਕੈਚ ਹੀ ਦੇ ਦਿੱਤਾ ਤੇ ਧੋਖਾ ਦੇਣ ਦੀ ਕੀ ਲੋੜ ਆ? ਉਹ ਇਹਨੇ ਕੀਤਾ ਕੀ ਸੀ? ਇਹ ਆਪਣੇ ਆਲੂ ਪੁੱਠਾ ਅੱਠਾ ਮਾਰਨ ਲੱਗਾ ਸੀ। ਅੱਛਾ ਹੁਣ ਕੌਣ ਆਏਗਾ? ਤੂੰ ਘਬਰਾ ਨਾ, ਬੇਸ਼ਰਮਾ ਦੀ ਕਮੀ ਨਹੀਂ ਹੈਗੀ। ਬੱਬੂ ਪੰਜਾਂ ਗੇਂਦਾਂ ਤੇ 30 ਸਕੋਰ ਚਾਹੀਦਾ, ਵਹਾਬ ਨੇ 5 ਛਿੱਕੇ ਮਾਰ ਦੇਣੇ। ਕਿਉਂ ਫਿਰ? ਬੇਟਾ ਵਹਾਬ ਆ ਕ੍ਰਿਸ ਗੇਲ ਦੀ ਫੁੱਫੀ ਦਾ ਪੁੱਤਰ ਨਹੀਂ। ਤੇ ਬੱਬੂ ਯਾਰ ਬੋਲਰ ਹੀ ਆ ਕਿਹੜਾ ਬੈਟਸਮੈਨ ਆ? ਤੇ 193 ਸਕੋਰ ਇਹਨਾਂ ਨੂੰ ਹੀ ਪਿਆ, ਹੋਰ ਘਰੋਂ ਲੈ ਕੇ ਆਏ ਸੀ। ਯਾਰ ਮੈਚ ਹਾਰਨ ਦਾ ਫਰੀਦੀ ਨੂੰ ਬਹੁਤ ਦੁੱਖ ਹੋਇਆ। ਇਹਨੂੰ ਮੈਚ ਦਾ ਦੁੱਖ ਨਹੀਂ, ਇਹਨੂੰ ਦੁੱਖ ਆ ਇੰਡੀਆ 'ਚ ਪਿਆਰ ਅਧੂਰਾ ਰਹਿ ਗਿਆ। ਆ ਵੀ ਕੋਡਨੀ ਵਾਸ਼ ਬੜਾ ਤੇਰਾ ਕਾਰ ਵਾਸ਼ ਕਰਨ ਵਾਲੀ ਡੋਂਕੀ ਵਰਗਾ ਮੂੰਹ ਆ, ਕੀ ਮਹਿਸੂਸ ਹੋ ਰਿਹਾ ਜਿੱਤ ਕੇ? ਵੱਡਣ ਨੂੰ ਦਿਲ ਕਰਦਾ ਪਿਆ, ਇੰਜ ਲੱਗ ਰਿਹਾ ਜਿਵੇਂ ਮੈਂ ਖੁਸ਼ੀ ਨਾਲ ਪਾੜ ਜਾਣਾ। ਜਿੰਨਾ ਮੈਂ ਅੱਜ ਖੁਸ਼ ਹਾਂ, ਇੰਨਾ ਦਰਦਾਰੀ ਆਪਣੇ ਕੇਸ ਮੁਕਣ ਤੇ ਨਹੀਂ ਆਇਆ ਹੋਣਾ। ਯਾਰ ਇੱਕ ਓਵਰ 'ਚ 19 ਸਕੋਰ, ਤੁਹਾਨੂੰ ਉਮੀਦ ਸੀ ਕਿ ਵਰਲਡ ਕੱਪ ਤੇ ਤੁਹਾਡਾ ਕਾਲਾ ਸਾਇਆ ਪੈ ਜਾਏਗਾ। ਸਹੀ ਪੁੱਛੇ ਤੇ ਮੈਨੂੰ ਹਲੇ ਵੀ ਨਹੀਂ ਯਕੀਨ ਆਉਣ ਡਿਆ। 2 ਵਾਰੀ ਬੱਲਾ ਮੈਂ ਆਪਣੇ ਪੈਰ ਦੇ ਗੁੱਠੇ ਤੇ ਵੀ ਮਾਰ ਚੁੱਕਿਆ, ਉਹ ਤੇ ਬ੍ਰੈਥ ਵਾਈਟ ਦਾ ਮੈਂ ਗੋਡਾ ਚੁੰਮਿਆ ਤੇ ਮੈਨੂੰ ਯਕੀਨ ਆਇਆ। ਸਿਰਫ ਨਾਂ ਦਾ ਹੀ ਵਾਈਟ ਆ, ਬਾਕੀ ਤੁਸੀਂ ਜਾਣਦੇ ਹੋ। ਯਾਰ ਤੁਸੀਂ ਆਪਣੇ ਬੈਟਸਮੈਨਾਂ ਨੂੰ ਐਸੀ ਕਿਹੜੀ ਟਿਪ ਦਿੰਦੇ ਹੋ ਕਿ ਜਿੰਨਾ ਮਰਜ਼ੀ ਪ੍ਰੈਸ਼ਰ ਹੋਵੇ ਕਿਸੇ ਬਾਲਰ ਨੂੰ ਬੱਲੇ ਤੇ ਨਹੀਂ ਲਿਖਦੇ? ਅਸੀਂ ਮੁੰਡਿਆਂ ਦੀ ਜੇਬ ਵਿੱਚ ਸਿਰਫ ਇੱਕੋ ਗੱਲ ਪਾਈ ਦੀ ਏ ਕਿ ਬੇਫਿਕਰ ਹੋ ਕੇ ਖੇਡਿਆ ਕਰੋ। ਤੁਹਾਡਾ ਮੂੰਹ ਅੱਗੇ ਕਾਲਾ ਹਾਰ ਕੇ ਹੋਰ ਕਿੰਨਾ ਕੁ ਹੋ ਜਾਏਗਾ। ਵੈਸੇ ਤੁਹਾਡੇ ਕੋਲ ਅੱਗੇ ਇੱਕ ਕੱਪ ਆਏ ਦੀ ਲੋੜ ਤਾਂ ਨਹੀਂ ਹੋਣੀ? ਨਹੀਂ ਲੋੜ ਤੇ ਹੈ, 2 ਕੁ ਕੱਪ ਹੋਣੇ ਚਾਹੀਦੇ ਆ, ਘਰ ਮਹਿਮਾਨ ਸ਼ਮਾਨ ਆ ਜਾਂਦੇ ਆ। ਯਾਰ ਇਕੱਠੇ 4 ਛਿੱਕੇ ਬੰਦਾ ਕਿ ਰੂਸੀ ਟਰੈਕਟਰ? ਬਸ ਯਾਰ ਛੱਕਿਆਂ ਦਾ ਤੇ ਨੈਬ ਦੇ ਛਾਪਿਆਂ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਪੈ ਜਾਣ। ਬਸ ਇੱਕ ਅਫਸੋਸ ਆ, ਮੇਰੇ ਹੱਥੋਂ ਉਸ ਬਾਲਰ ਦੀ ਜ਼ਿੰਦਗੀ ਤਬਾਹ ਹੋ ਗਈ ਆ। ਹਾਲਾਂਕਿ ਮੈਂ ਬੋਲਰ ਨੂੰ ਛੱਕੇ ਮਾਰਨ ਦੀ ਬਜਾਏ ਚਪੇੜਾਂ ਮਾਰਨੀਆਂ ਜ਼ਿਆਦਾ ਪਸੰਦ ਕਰਦਾ। ਜਦੋਂ 3 ਗੇਂਦਾਂ ਤੇ 1 ਸਕੋਰ ਚਾਹੀਦਾ ਸੀ ਉਦੋਂ ਕਿਉਂ ਛੱਕਾ ਮਾਰੇ? ਯਾਰ ਜਿੱਥੇ ਮੈਂ 3 ਛੱਕੇ ਮਾਰ ਸਕਦਾ ਉੱਥੇ ਇੱਕ ਹੋਰ ਮਾਰ ਕੇ ਮੇਰੇ ਤੇ ਕਿਹੜਾ ਕਤਲ ਦਾ ਪਰਚਾ ਹੋ ਜਾਣਾ ਸੀ। ਨਾਲੇ ਜਿਹੜਾ ਮਜ਼ਾ ਛਿੱਕਾ ਮਾਰ ਕੇ ਜਿੱਥੇ ਉਹ ਕਰੇਲੇ ਗੋਸ਼ ਵੀ ਨਹੀਂ ਹੁੰਦਾ। ਯਾਰ ਇਹ ਜਿਹੜੀਆਂ ਤੁਸੀਂ ਛੱਟਾਂ ਲਾ ਦਿੰਦੇ ਹੋ ਇਹ ਤੁਹਾਨੂੰ ਤੰਗ ਹੁੰਦੀਆਂ ਜਾਂ ਕਿਰਾਇਆ ਪੈ ਰਿਹਾ ਹੁੰਦਾ? ਇਹ ਵੀ ਇੱਕ ਸਾਇੰਸ ਆ। ਦਰਅਸਲ ਅਸੀਂ ਢਿੱਡ ਨੰਗਾ ਕਰਕੇ ਲੋਕਾਂ ਨੂੰ ਦੱਸਦੇ ਹਾਂ ਕਿ ਅਸੀਂ ਢਿੱਡੋਂ ਵੀ ਖੁਸ਼ ਹਾਂ। ਹੁਣ ਮੈਂ ਜਾਵਾਂ, ਹੁਣ ਮੈਂ ਵੀ ਛੱਟ ਲਾਉਣੀ ਆ ਯਾਰ। ਅੱਛਾ ਤੇਰੇ ਮੂੰਹ 'ਚ ਪਾਣੀ ਕਿਉਂ ਚੋ ਰਿਹਾ? ਇਹ ਪਸੀਨਾ ਵਾ। ਤਦੇ ਬੜੀ ਬਹੁ ਆ ਰਹੀ ਹੈ, ਤੈਨੂੰ ਆਪਣੀ ਆ ਰਹੀ ਹੈ। ਲੈ ਵੀ ਗੇਲ ਅੱਜ ਕੱਢਦੇ ਇੰਗਲੈਂਡ ਦਾ ਤੇਲ। ਕਿਉਂ ਫਿਰ ਗੇਂਦ ਇੰਜ ਨਹੀਂ ਬਾਉਂਡਰੀ ਤੋਂ ਬਾਹਰ ਗਈ ਜਿਵੇਂ ਮੁਸ਼ਰਫ ਗਿਆ? ਇਹ ਤੇ ਹਲੇ ਟੇਲਰ ਸੀ, ਫਿਲਮ ਅਭੀ ਬਾਕੀ ਹੈ। ਉਹ ਇੱਕ ਅੱਧ ਛੱਕਾ ਤੇ ਵੱਜ ਹੀ ਜਾਂਦਾ ਹੈ। ਐ ਲੈ ਫਿਰ ਫੇਸਬੁੱਕ ਦਾ ਅਕਾਊਂਟ ਵੈਰੀਫਾਈ ਹੋ ਗਈ। ਯਾਰ ਬੱਬੂ ਇਹ ਚੌਕੇ ਕਿਉਂ ਨਹੀਂ ਮਾਰਦਾ? ਉਹ ਇਸ ਲਈ ਕਿ ਥੱਲੇ ਟ੍ਰੈਫਿਕ ਬੜੀ ਹੁੰਦੀ ਹੈ। ਕੋਈ ਇਹਦਾ ਕਿਨਵਾ ਛੱਕਾ ਸੀ? ਐ ਲੈ
हले तू पिछले नहीं गिने थे, अगले तेरे फुफड़ ने गिनने हैं। लाओ जी एक और छिक्का, वो इन्हू माँ प्यो ने सिंगल लाइन की तमीज नहीं सिखाई। बेटा एक क्रिस गेल है, मिसबा नहीं। क्यों फिर वैशी नू कदी वैशी होंदिया वेखे? यार बब्बू है पिच माड़ी है कि बॉलिंग माड़ी है? बेटा इंग्लैंड की किस्मत। यार बब्बू है तो गेंदा ही बाहर सिटी जाता है, इन्हें कोई तमाशा ही जख्मी कर देना। ते ना बैठन नंगे सिर। आला फिर एक और छिक्का। ओए बब्बू यार मेरे दंदी वड्डी, मैं कदे खाब तो नहीं वेखन दिया? एक मिनट ठहर जा, पहले तो तू मेरे दंदी वड़ना। ओए बब्बू है तो धूड़ा पुटी जाता ही। ले मेरे हिसाब नाल तो मरिया नू कुटी जाता ही। ओ शुक्र है यार इन्हें सिंगल भी लई। ओए अगले ने 100 पूरा करके छापर च पाया है। अमान नाल इत्थे पाकिस्तानी खिलाड़ी आउंदे, उन्होंने इहदे कोल बल्ला खोलना सी। बब्बू अज टारगेट एडा औखा नहीं ते एडा सौखा भी नहीं कि थुक नाल पकौड़े तल लैन। ओए शहजादा। नहीं बई चीची, तेरा शहजादा अरेस्ट हो गई। एहो जे बैट्समैन बाद च बल्ले नाल नालियां कढ दे। बब्बू गेल दा छिका वेख। ना बई चीची, गेल दी नवी ट्यूब भी पटाका मार गई। यार अज इन्हां नूं की हो गया? ऐ भी लै बेटा, अज हनेरी किसी ने बन दिती है। अज ते इंग्लैंड ने इन्हां नूं इंज घेरिया जिवें मुशरफ ने लाल मस्जिद वालियां नूं घेरिया सी। हां ऐदां हुण प्रेशर च निकले। ओए हले ते होटल दा पूरा बिल बाकी पिया है, इहनूं तूं टेपी समझ। ओए ब्रैवो दा झाका लै गई, हुण वेखी। इहनूं मैं नहीं, इहनूं इंग्लैंड दे डाक्टर वेखणगे, ओह वी बैड ते पा के। के इहदे हत्थां नूं कोड निकले आ कि इहदे बल्ले नूं फोड़े निकले आ? बब्बू तीआं ते पौंजा। लै बई चीची छिक्का, कोई होर ही आके मारेगा। कोई आ की कर गया? ये पक दी देग जो बोटी कढ़न लगा सी। ऐ शायद कुछ कर जाए। हाँ जी कर नहीं जाए, कर गई वो भी लिद। यार इंग्लैंड वाले तो बहुत खुश है। हाँ तो क्यों ना हो, अगले ने कप्तान का धुआना भी पान दिता है। लै भी 6 गेंदा ते 19 स्कोर। ओए वाह, ओए ब्रेथ वाइट पुठे तवे दे मुंह वाले। ओए कितने तुक्का तो नहीं सी लग गया? हाँ तो ऐ वेख फिर गया ना पाकिस्तानी टीम को बाहर, बॉलर का मुंह वेख सुके छुआरे अर्गा नहीं हो गया। ओए बब्बू तीजा छक्का। ओए चेक करो इहदे हाथ च बैट है कि दुरमट, उन्हें तो फड़ के मैच वन साइडेड नहीं एक साइड से करता है। ओए चौथा छक्का। इहनू कहंदे आ नामुमकिन नूं निमको बनाना। ओए बब्बू यार अज ते फाइनल का मजा ही आ गई। तू बॉलर नूं पुछ जिहदी आत्मा भी रगड़ी गई है।